ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖੰਨਾ ਦੇ AS ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਦਿੱਤੇ ਦਸਤਕ। ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ AS ਮਾਡਲ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਸਾਲਾਨਾ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ। ਇੱਥੇ ਉਹਨਾਂ ਦਾ ਵੱਡੇ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ, ਕਿਉਂਕਿ ਸਿੱਧੂ ਸਾਹਿਬ ਜਿੱਥੇ ਵੀ ਜਾਂਦੇ ਹਨ ਉੱਥੇ ਭੀੜ ਦਾ ਇਕੱਠ ਹੋਣਾ ਇੱਕ ਸੁਭਾਵਿਕ ਗੱਲ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਮੰਨੇ ਜਾਂਦੇ ਹਨ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੜ੍ਹਾਈ ਦੇ ਕੁਝ ਸਾਲ ਮਿਹਨਤ ਕਰਕੇ ਅੱਗੇ ਵਧਣ ਦੇ ਹੁੰਦੇ ਹਨ ਅਤੇ ਬਾਕੀ ਦੀ ਸਾਰੀ ਜ਼ਿੰਦਗੀ ਆਰਾਮ ਨਾਲ ਖਾਣ ਦੇ ਹੁੰਦੇ ਹਨ। ਉਹਨਾਂ ਨੇ ਆਪਣੇ ਜੀਵਨ ਦੇ ਬਾਰੇ ਵਿੱਚ ਲੋਕਾਂ ਨੂੰ ਦੱਸਿਆ ਅਤੇ ਕਿਸ ਤਰ੍ਹਾਂ ਮਿਹਨਤ ਕਰਕੇ ਅੱਜ ਉਹ ਇਸ ਮੁਕਾਮ ਉੱਤੇ ਪਹੁੰਚੇ। ਪ੍ਰੋਗਰਾਮ ਹੈ ਜੀ ਕਿ ਕੋਟਲੀ ਸਾਹਿਬ ਛੋਟੇ ਭਾਈ ਵੀ ਨੇ, ਸਾਡੀ ਸਰਕਾਰ ਦਾ ਬੜਾ ਅਹਿਮ ਹਿੱਸਾ ਨੇ ਔਰ ਵਿਰਾਸਤੀ ਤੌਰ ਦੇ ਉੱਤੇ ਵੀ ਸਾਡੀ ਜਿਹੜੀ ਲਿਨੀਏਜ ਹੈ, ਸਰਦਾਰ ਬੇਅੰਤ ਸਿੰਘ ਦਾ ਜਿਹੜਾ ਨਾਮ ਹੈ ਉਹ ਕਾਂਗਰਸ ਦੇ ਲਈ ਬਹੁਤ ਵੱਡਾ ਨਾਮ ਹੈ। ਇਸ ਕਰਕੇ ਮੈਂ ਜਿਹੜੀ ਸਾਡੀ ਜੜ੍ਹ ਹੈ ਨਾ ਉਹਨੂੰ ਸਿੰਚਣਾ ਹੈ ਔਰ ਕੋਟਲੀ ਸਾਹਿਬ ਨੇ ਜਦੋਂ ਮੈਨੂੰ ਕਿਹਾ ਮੈਂ ਇਹਨਾਂ ਨੂੰ ਨਾ ਕਦੇ ਨਹੀਂ ਕਰ ਸਕਦਾ। ਸਕੂਲ ਦਾ ਫੰਕਸ਼ਨ ਵੀ ਸੀ, ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਵੇਖੋ, ਸਾਡੇ ਹੁਣ ਕੜੀ ਕੰਪਲੀਟ ਹੋ ਗਈ ਹੈ, ਇਲੈਕਸ਼ਨ ਵੀ ਮੁਕੰਮਲ ਹੋ ਗਏ, ਇੱਕ ਲੁਧਿਆਣੇ ਵਾਲਾ ਰਹਿ ਗਿਆ, ਮੇਅਰ ਮੂਰ ਵੀ ਬਣ ਜਾਣੇ ਆ, ਪੈਸੇ ਸਾਡੇ ਕੋਲ ਨੇ, ਸਾਡੀ ਹੁਣ ਵਿਕਾਸ ਦੀ ਕੜੀ ਹੁਣ ਸ਼ੁਰੂ ਹੁੰਦੀ ਹੈ। ਅੱਜ ਤੋਂ ਬਾਅਦ ਕੋਈ ਬਹਾਨਾ ਨਹੀਂ, ਜੇ ਅਸੀਂ 10 ਮਹੀਨੇ ਕੰਮ ਕਰਾਂਗੇ ਤੇ ਤਾਂ ਲੋਕਾਂ ਕੋਲ ਜਾਣ ਜੋਗੇ ਹੋਵਾਂਗੇ। ਤੇ ਇਸ ਕਰਕੇ ਹੁਣ ਦਾ ਸਾਡਾ 10 ਮਹੀਨੇ ਤੇ ਚੋਰਾਂ ਦੇ 10 ਸਾਲ, ਇਹਨੂੰ ਬਾਬੇ ਨਾਨਕ ਵਾਲੀ ਤਕੜੀ 'ਚ ਤੋਲਣ ਦੀ ਲੋੜ ਹੈ ਤੇ ਆਵਾਜ਼ ਦਿਲੋਂ ਆਪੇ ਹੀ ਨਿਕਲੂਗੀ, ਚੰਪਾ ਕੇ 10 ਫੂਲ ਚਮੇਲੀ ਕੀ ਹੈ, ਕਲੀ ਮੂਰਖ ਕੀ ਸਾਰੀ ਰਾਤ ਚਤੁਰ ਕੀ ਹੈ ਖੜੀ। ਅਵਾਰਾ ਪਸ਼ੂਆਂ ਦੀ ਨਹੀਂ ਜੀ, ਦੇਖੋ ਪੀਣ ਵਾਲੇ ਪਾਣੀ ਤੋਂ ਲੈ ਕੇ ਪੀਣ ਵਾਲਾ ਪਾਣੀ, ਸੀਵਰੇਜ, ਸਫਾਈ, ਅਵਾਰਾ ਪਸ਼ੂ, ਕੁੱਤੇ ਖਾਸ ਤੌਰ ਦੇ ਉੱਤੇ, ਗਾਵਾਂ, ਹਾਂਜੀ STP, ਮੈਂ ਇਸ ਤੋਂ ਬਾਅਦ ਸਿੱਧਾ STP 'ਤੇ ਜਾ ਰਿਹਾ, 60-64 STP ਸੀ, 64 ਦੇ ਵਿੱਚੋਂ ਇੱਕ ਦਾ ਵੀ ਪਾਣੀ ਕਿਸੇ ਖੇਤ 'ਚ ਨਹੀਂ ਗਿਆ, ਕਿਸੇ ਇੰਡਸਟਰੀਅਲ ਯੂਸ ਦੇ ਵਿੱਚ ਕੰਮ ਨਹੀਂ ਆਇਆ, ਕਿਤੇ ਵੀ ਕੰਮ ਨਹੀਂ ਆਇਆ, ਕਿਉਂਕਿ ਉਹ ਚੱਲਦੇ ਹੀ ਨਹੀਂ ਸੀ। ਇੱਕ ਦੀ ਲਾਗਤ 8 ਕਰੋੜ, ਅੱਜ ਦੀ ਡੇਟ ਦੇ ਵਿੱਚ ਜੇ 64 STP ਪਾਣੇ ਹੋਣ 1300 ਕਰੋੜ ਦੇ ਪੈਂਦੇ ਆ ਅਤੇ 1300 ਕਰੋੜ ਕਿਸੇ ਖਾਤੇ ਨਹੀਂ ਲੱਗੇ। ਸੋ ਇਹੋ ਜਿਹੇ ਕਈ ਮੁੱਦੇ ਨੇ, ਮਤਲਬ ਜਿਨ੍ਹਾਂ ਨੂੰ ਸਾਨੂੰ ਐਡਰੈਸ ਕਰਨ ਦੀ ਲੋੜ ਆ। ਮੈਂ ਅਗਲੇ 2-3 ਦਿਨਾਂ 'ਚ ਨਵੇਂ ਸਾਲ ਤੋਂ ਪਹਿਲਾਂ ਜਿਹੜੀ CM ਸਾਹਿਬ ਦੀ ਵਿਜ਼ਨ ਉਹਨੂੰ ਡਿਕਲੇਅਰ ਕਰੂੰਗਾ। ਉਹਦੇ 'ਚ ਕੁਛ ਸ਼ੋਰਟ ਟਰਮ ਹੈ, ਕੁਛ ਲੌਂਗ ਟਰਮ ਹੈ, ਲੇਕਿਨ ਸਾਡਾ ਟਾਈਮ ਜਨਵਰੀ ਤੋਂ ਸ਼ੁਰੂ ਹੁੰਦਾ ਹੈ ਔਰ ਲੋਕ ਸਭਾ ਤੋਂ ਪਹਿਲਾਂ ਸਾਡੇ ਕੋਲ 1 ਸਾਲ ਹੈ ਵਿਕਾਸ ਦੇ ਲਈ। ਸਾਡੀ ਜ਼ਿੰਮੇਵਾਰੀ ਹੈ, ਅਸੀਂ ਉਸ ਜ਼ਿੰਮੇਵਾਰੀ ਨੂੰ ਲੈਂਦੇ ਹਾਂ। ਖੰਨੇ ਤੋਂ ਰਿਪੋਰਟ, ਅਵਤਾਰ ਸਿੰਘ, ਪੰਜਾਬ ਦਰਪਣ।